ਜਿੱਥੇ ਕਿ ਪੂਰੇ ਦੇਸ਼ ਵਿੱਚ ਧਾਰਮਿਕ ਅਤੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਕਰਫਿਊ ਕਾਰਨ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ, ਉੱਥੇ ਹੀ ਉਹ ਲੋਕ ਜਿਨ੍ਹਾਂ ਦੀ ਵਿਆਹ ਸ਼ਾਦੀਆਂ ਦੀ ਤਰੀਕਾਂ ਪਹਿਲਾਂ ਤੋਂ ਹੀ ਰੱਖੀਆਂ ਗਈਆਂ ਸਨ, ਉਹਨਾਂ ਲੋਕਾਂ ਨੂੰ ਬਹੁਤ ਮੁਸ਼ਕਲਾਂ ਹੋ ਰਹੀਆਂ ਹਨ। ਪਟਿਆਲਾ ਵਿੱਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ। ਜਦੋਂ ਸਾਡੇ ਰਿਪੋਰਟਰ ਨੇ ਉਹਨਾਂ ਦੇ ਪਰਿਵਾਰ ਵਾਲੇ ਨਾਲ ਗੱਲ ਕਰੀ ਤਾਂ ਉਹਨਾਂ ਨੇ ਕਿਹਾ ਕਿ ਨਾਲ ਵਿਆਹ ਕਰਨ ਦੀਆਂ ਖੁਆਇਸ਼ਾਂ ਸੀ ਅਧੂਰੀਆਂ ਰਹਿ ਗਈਆਂ ਹਨ। ਪੂਰੇ ਸੰਸਾਰ ਵਿੱਚ ਜਿਹੜੀ ਇੰਨੀ ਭਿਆਨਕ ਬਿਮਾਰੀ ਚੱਲ ਰਹੀ ਹੈ, ਉਸ ਕਾਰਨ 'ਤੇ ਪ੍ਰਸਾਰਦੇ ਹੋਏ ਅਸੀਂ ਸਿੰਪਲ ਤਰੀਕੇ ਨਾਲ ਵਿਆਹ ਦੀ ਰਸਮਾਂ ਨੂੰ ਪੂਰਾ ਕਰਾਂਗੇ। ਇੱਕ ਮਿੰਟ ਮੁੰਡੇ ਤੁਸੀਂ ਇੱਧਰ ਉਹਦੇ ਉਹ ਉਹਦੇ ਆ ਜਾਓ ਦੂਰ ਦੂਰ ਗਾਣੇ ਮੈਂ ਲੈ ਲਵਾਂ। ਕਮਲੇਸ਼ ਕਿੱਥੇ ਰਹਿੰਦੇ ਜੀ? ਲੋਰੀ ਗੇਟ। ਜਿਹੜਾ ਵਿਆਹ ਹੋ ਰਿਹਾ, ਪ੍ਰਸ਼ਾਸਨ ਨੇ ਕਿਹਾ ਹੋਇਆ ਵੀ ਇਕੱਠ ਨਹੀਂ ਕਰਨਾ ਜ਼ਿਆਦਾ, ਅਤੇ ਕਿਵੇਂ ਪ੍ਰਸ਼ਾਸਨ ਨਾਲ ਗੱਲ ਹੋਈ ਤੁਹਾਡੀ? ਹਾਂਜੀ ਹਾਂਜੀ, ਸਾਡੀ ਗੱਲ ਹੋਈ ਹੈ। ਪਹਿਲਾਂ ਡੇਟ ਫਿਕਸ ਕੀਤੀ ਹੋਈ ਸੀ 27 ਤਰੀਕ ਦੀ, ਫਿਰ ਹੁਣ ਤਬੀਅਤ ਨਹੀਂ ਠੀਕ ਰਹਿੰਦੀ, ਬੱਚਿਆਂ ਨਾਲ ਮੁਸ਼ਕਿਲ ਹੋ ਰਹੀ ਹੈ, ਇਸ ਲਈ ਪ੍ਰਸ਼ਾਸਨ ਤੋਂ ਕਮਿਸ਼ਨ ਲੈ ਕੇ 5 ਬੰਦੇ ਜਾ ਰਹੇ ਹਾਂ ਜੀ। ਕਿੱਥੇ ਜਾਣੀ ਹੈ? ਸੂਲਰ ਜੀ। ਕੀ ਲੱਗਦਾ ਤੁਹਾਨੂੰ, ਜਿਵੇਂ ਪਹਿਲਾਂ ਬਹੁਤ ਇਕੱਠ ਹੁੰਦੇ ਸੀ, ਵਿਆਹ ਵਧੀਆ ਹੁੰਦੇ ਸੀ, ਅਤੇ ਹੁਣ ਕਰਫਿਊ ਲੱਗਿਆ ਹੈ ਕਰੋਨਾ ਵਾਇਰਸ ਦਾ ਕਰਕੇ, ਕੀ ਲੱਗਦਾ ਤੁਹਾਨੂੰ, ਕੀ ਕਹਿਣਾ ਚਾਹੋਗੇ? ਅੱਛਾ ਹੀ ਨਹੀਂ ਲੱਗ ਰਿਹਾ, ਵਿਆਹ ਕਰਨਾ ਵੀ ਅੱਛਾ ਨਹੀਂ ਲੱਗ ਰਿਹਾ। ਇੱਕੋ ਇੱਕ ਬੱਚਾ, ਉਹਦੀ ਚੱਜ ਨਾਲ ਸ਼ਾਦੀ ਨਹੀਂ ਹੋ ਸਕਦੀ, ਤਾਂ ਫਿਰ ਬੰਦਾ ਕਰੇ ਵੀ ਕੀ? ਪਰ ਇਹ ਕਰੋਨਾ ਵਾਇਰਸ ਹੈ, ਇਸ ਲਈ ਥੋੜ੍ਹਾ ਦੂਰ ਹੀ ਰਹੇ ਤਾਂ ਅੱਛਾ ਹੈ। ਕਿੰਨੇ ਬੰਦੇ ਜਾ ਰਹੇ ਹੋ? 5 ਬੰਦੇ। ਸਰ, ਕਰੋਨਾ ਵਾਇਰਸ ਦੇ ਚੱਲਦਿਆਂ ਵਿਆਹ ਜਿਹੜੇ ਹੋ ਰਹੇ ਨੇ, ਉਹਨਾਂ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਹਾ ਹੈ ਜ਼ਿਆਦਾ ਇਕੱਠ ਨਹੀਂ ਕਰਨਾ, ਹੁਣ ਵੀ ਇੱਕ ਬਰਾਤ ਉਰੇ ਖੜੀ ਹੈ ਥਾਣੇ ਦੇ ਬਾਹਰ, ਕਿੱਥੇ ਜਾਣੀ ਹੈ ਅਤੇ ਕਿੱਥੋਂ ਮਤਲਬ ਤੁਰੇ ਹਾਂ ਆਪਾਂ? ਅਸੀਂ ਜੀ ਗਾਂਧੀ ਨਗਰ ਲੋਹਰੀ ਗੇਟ ਪਟਿਆਲਾ ਤੋਂ ਤੁਰੇ ਹਾਂ। ਇਹ ਬੱਚਾ ਸਾਡੇ ਮਹੱਲੇ ਦਾ, ਇਹਨਾਂ ਦਾ ਪਹਿਲਾਂ ਹੀ ਕਾਫੀ ਦਿਨ ਪਹਿਲਾਂ ਮਤਲਬ ਡੇਟ ਤੈਅ ਹੋ ਗਈ ਸੀ ਵਿਆਹ ਦੀ, ਅਤੇ ਉਸ ਕਰਕੇ ਅੱਜ ਅਸੀਂ ਪ੍ਰਸ਼ਾਸਨ, ਜਿਸ ਤਰ੍ਹਾਂ ਸਾਡੇ ਮਾਣਯੋਗ DC ਸਾਹਿਬ, SSP ਸਾਹਿਬ, ਸਾਡੇ ਮੈਡਮ ਕਮਿਸ਼ਨਰ ਨੇਹਰ ਸਾਹਿਬ, ਇਹਨਾਂ ਦੇ ਹੁਕਮ ਮੁਤਾਬਕ ਵੀ 5 ਬੰਦੇ ਹੀ ਲੈ ਕੇ ਜਾਣੇ ਹੈ, ਅਤੇ ਅਸੀਂ ਹੁਣ ਇੱਥੇ ਪਰਿਵਾਰ ਦੇ ਸਮੇਤ ਸਾਡੇ ਚੇਅਰਮੈਨ ਸਾਹਿਬ ਪ੍ਰਿਥਵੀ ਜੀ, ਲੜਕੇ ਦੇ ਫਾਦਰ, ਮਦਰ, ਸਿਸਟਰ ਅਤੇ ਮੁੰਡਾ ਖੁਦ, ਅਸੀਂ ਮਾਣਯੋਗ ਸਾਡੇ ਜਿਹੜੇ SHO ਸਾਹਿਬ ਨੇ, ਇਹਨਾਂ ਨਾਲ ਫੋਨ 'ਤੇ ਗੱਲ ਕਰੀ ਸੀ ਵੀ ਇਸ ਤਰ੍ਹਾਂ ਸਰ ਗੱਲ ਹੈ ਵੀ ਪਹਿਲਾਂ ਡੇਟ ਰੱਖੀ ਹੋਈ ਸੀ, ਅਤੇ ਪਰ ਅਸੀਂ ਅੱਜ ਉੱਥੇ ਜਾਣਾ, ਅਤੇ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ 5 ਬੰਦੇ ਜਾਓ, ਅਤੇ ਅਸੀਂ ਉਹਨਾਂ ਦਾ ਹੁਕਮ ਮੰਨ ਕੇ ਸਾਨੂੰ ਜਿਹੜੀ ਪਰਮਿਸ਼ਨ ਹੈ ਉਹ ਮਿਲ ਰਹੀ ਹੈ, ਅਤੇ ਅਸੀਂ ਪਰਮਿਸ਼ਨ ਲੈ ਕੇ ਜਿਸ ਤਰ੍ਹਾਂ ਵੀ ਖੁੱਲ੍ਹੇ ਖੁੱਲ੍ਹੇ ਆਪਣੀ ਗੱਡੀਆਂ ਦੇ ਵਿੱਚ ਜਾ ਰਹੇ ਹੈ, ਅਤੇ ਉੱਥੇ ਜਾ ਕੇ ਮਤਲਬ ਕੋਈ ਜ਼ਿਆਦਾ ਇਕੱਠ ਨਹੀਂ ਹੈ ਜੀ, ਕੋਈ ਢੋਲ ਢਮਾਕਾ ਨਹੀਂ, ਕਿਉਂਕਿ ਮਾਣਯੋਗ ਜਿਹੜੇ ਮੁੱਖ ਮੰਤਰੀ ਸਾਹਿਬ ਜਾਂ ਸਾਡੇ DC ਸਾਹਿਬ, SSP ਸਾਹਿਬ ਦਾ, ਉਹ ਸਾਡੇ ਵਾਸਤੇ ਹੀ ਕਰ ਰਹੇ ਜਨਤਾ ਲਈ, ਅਤੇ ਅੱਜ ਜਿਹੜਾ ਕਰੋਨਾ ਵਾਇਰਸ ਦਾ ਟਾਈਮ ਹੈ ਉਹ ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਆਪਣੇ ਮਹੱਲੇ ਵੱਲੋਂ ਹੀ ਬੇਨਤੀ ਕਰੂੰਗਾ ਸਾਰਿਆਂ ਨੂੰ ਕਿ ਸਾਨੂੰ ਮਾਣਯੋਗ DC ਸਾਹਿਬ ਦਾ, ਪ੍ਰਸ਼ਾਸਨ ਦਾ ਪੂਰਾ ਸਾਥ ਦੇਣਾ ਚਾਹੀਦਾ, ਤਾਂ ਜੋ ਅਸੀਂ ਸਾਰੇ ਲੋਕ ਕਰੋਨਾ ਦਾ ਜਿਹੜਾ ਇੱਕ ਕਹਿਰ ਹੈ ਇਹ ਤੋਂ ਬਚ ਸਕੀਏ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੈ ਵਾਲਮੀਕਿ, ਜੈ ਭੀਮ, ਜੈ ਭਾਰਤ। ਜਿਹੜੀ ਇਹ ਬਾਅਦ ਗੱਡੀ ਖੜੀ ਹੈ ਬਰਾਤ ਵਾਲੀ ਮੈਰਿਜ ਵਾਸਤੇ ਜਾ ਰਹੇ ਹੈਗੇ, ਅਤੇ ਕਿੰਨੇ ਬੰਦੇ ਨੇ ਸਰ ਵੈਰੀਫਾਈ ਕੀਤਾ ਤੁਸੀਂ? ਇਹ ਨਾ ਜੀ, ਜੋ ਗੌਰਮੈਂਟ ਦੀਆਂ ਆਪਾਂ ਨੂੰ ਹਦਾਇਤਾਂ ਨੇ, DC ਸਾਹਿਬ ਦੀਆਂ, ਅਸੀਂ ਆਪਣੀ ਇਜਾਜ਼ਤ ਲੈ ਕੇ ਜਿਹੜਾ ਵਿਆਹ ਹੁੰਦਾ
ਇਹ ਐਕਚੁਅਲੀ ਇਹਨਾਂ ਲੋਕਾਂ ਨੇ ਪਹਿਲਾਂ ਤੋਂ ਡੇਟਾਂ ਫਿਕਸ ਕੀਤੀਆਂ ਹੋਈਆਂ ਨੇ, ਹੁਣ ਇਹ ਅੱਗੇ ਪਿੱਛੇ ਵੀ ਨਹੀਂ ਹੋ ਸਕਦੀਆਂ, ਇਹਨਾਂ ਦੀ ਵੀ ਮਜਬੂਰੀ ਹੈ। ਚਲੋ ਅਸੀਂ ਇਹਨਾਂ ਕੋਲ, ਸਾਡੇ ਕੋਲ ਆਏ ਸੀ ਇਹ ਪਰਮਿਸ਼ਨ ਲੈਣ, ਬਕਾਇਦਾ ਅਸੀਂ ਇਹਨਾਂ ਨੂੰ ਦੱਸਿਆ ਵੀ ਪੰਜ ਚਾਰ ਜਾਂ ਪੰਜ ਬੰਦਿਆਂ ਤੋਂ ਵੱਧ ਅਸੀਂ ਤੁਹਾਨੂੰ ਅਲਾਓ ਨਹੀਂ ਕਰ ਸਕਦੇ, ਅਤੇ ਇਸ ਤੋਂ ਵੱਧ ਜੇ ਜਾਓਗੇ ਤਾਂ ਤੁਹਾਡੇ ਵਾਸਤੇ ਵੀ ਪ੍ਰੋਬਲਮ ਹੋਊਗੀ, ਨਾ ਤੁਹਾਨੂੰ ਕਿਸੇ ਨੇ ਇਜਾਜ਼ਤ ਦੇਣੀ ਹੈ, ਅਤੇ ਥਾਂ ਥਾਂ 'ਤੇ ਨਾਕਿਆਂ 'ਤੇ ਤੁਹਾਨੂੰ ਪਰੇਸ਼ਾਨੀ ਵੀ ਆਊਗੀ। ਇਸ ਕਰਕੇ ਚਾਰ ਜਾਂ ਪੰਜ ਬੰਦੇ ਹੀ ਜਾਣਗੇ, ਜੋ ਮੈਂ ਵੈਰੀਫਾਈ ਕਰ ਲਿਆ ਇੰਨੇ ਕੀ ਬੰਦੇ ਜਾ ਰਹੇ ਨੇ ਇਹ। ਠੀਕ ਹੈ ਜੀ, ਅਤੇ ਇਸ ਗੱਲ ਦਾ ਵਧੀਆ ਧਿਆਨ ਰੱਖਿਆ ਜਾ ਰਿਹਾ।